ਦੇ ਵਿੱਚ ਜ਼ਰੂਰ ਦੇ ਉੱਪਰ ਰਿਸੈਸ਼ਨ ਆਇਆ ਹੈ ਕੁਝ ਤੇ ਦਾ ਕਾਰਨ ਕਰੋਨਾ ਵਾਇਰਸ ਚੱਲਣ ਨਾਲ ਇਕਦਮ ਇਹਦਾ ਇੰਪੈਕਟ ਆਇਆ ਹੈ ਕੁਝ ਪਿਛਲੇ ਮਹੀਨੇ ਡੇਢ ਮਹੀਨੇ ਦੇ ਵਿੱਚ ਸਾਡੇ ਪੈਟਰੋਲ ਔਰ ਡੀਜ਼ਲ ਤਕਰੀਬਨ 4-4 ਰੁਪਏ ਇਹਦੇ ਘਟੇ ਨੇ ਰੇਟ ਇਹਨਾਂ ਦੇ ਉਹ ਸਾਰਾ ਜਿਹੜਾ ਬੈਨੀਫਿਟ ਹੈ ਉਹ ਕਸਟਮਰਸ ਨੂੰ ਮਿਲਦਾ ਹੈ ਕਿਉਂਕਿ ਹੁਣ ਸਾਡੇ ਰੇਟ ਡੇਲੀ ਫਿਕਸ ਹੁੰਦੇ ਨੇ ਡੇਲੀ ਕਦੇ 20 ਪੈਸੇ ਕਦੇ 30 ਪੈਸੇ ਕਦੇ 40 ਪੈਸੇ ਦੋਨੋਂ ਚੀਜ਼ਾਂ ਹੀ ਘਟ ਰਹੀਆਂ ਨੇ ਸਰਕਾਰ ਨੇ ਹੁਣ ਕੁਝ ਪੈਸਾ ਇਹਦੇ ਚੋਂ ਐਕਸਾਈਜ਼ ਡਿਊਟੀ 'ਚ ਵੀ ਕਨਵਰਟ ਕੀਤਾ ਹੈ ਜਿਹੜਾ ਕਿ ਕਿਉਂਕਿ ਸਰਕਾਰ ਦਾ ਵੀ ਰੈਵਨਿਊ ਮੈਨੂੰ ਜੋ ਸਮਝ ਆ ਰਹੀ ਹੈ GST ਦੇ ਇੰਡਸਟਰੀ ਡਾਊਨ ਹੋਣ ਤੱਕ ਘਟਿਆ ਸੀ ਉਹ ਪੈਟਰੋਲੀਅਮ ਸੈਕਟਰ 'ਚੋਂ ਇਹਨਾਂ ਨੇ ਉਹ ਕੁਝ ਪੈਸਾ ਪੂਰਾ ਕਰਕੇ ਦੇਸ਼ ਦਾ ਚਲਾਉਣ ਦੇ ਵਾਸਤੇ ਰੱਖਿਆ ਲੇਕਿਨ ਕਸਟਮਰ ਨੂੰ ਵੀ ਉਹਦੇ ਨਾਲ ਬੈਨੀਫਿਟ ਮਿਲ ਰਿਹਾ ਹੈ ਕਰੋਨਾ ਵਾਇਰਸ ਦੇ ਬਾਰੇ ਜਿਹੜਾ ਹੁਣ ਚੱਲ ਰਿਹਾ ਹੈ ਇਹਦੇ ਵਿੱਚ ਜਿਹੜਾ ਸਾਡਾ ਪੰਪ ਅਟੈਂਡੈਂਟ ਹੈ ਜਾਂ ਸਾਡਾ ਮੈਨੇਜਰ ਹੈ ਉਹ ਬਿਲਕੁਲ ਸਿੱਧਾ ਇਨਵੋਲਵ ਹੈ ਹਰ ਬੰਦੇ ਦੇ ਨਾਲ ਮੈਂ ਤਾਂ ਇਹ ਬੇਨਤੀ ਕਰਾਂਗਾ ਕਿ ਸਾਡੇ ਕੋਲ ਕੈਸ਼ਲੈਸ ਟ੍ਰਾਂਜੈਕਸ਼ਨਸ ਹੈ ਉਹ ਪੇਟੀਐਮ ਵੀ ਕਰ ਸਕਦਾ ਬੰਦਾ ਫੋਨਪੇ ਵੀ ਕਰ ਸਕਦਾ ਭੀਮ ਐਪ 'ਤੇ ਵੀ ਕਰ ਸਕਦਾ ਕਾਰਡ ਨਾਲ ਪੇਮੈਂਟ ਕਰ ਸਕਦਾ ਜਿਹਦੇ ਨਾਲ ਉਹਦੀ ਕਰੰਸੀ ਟੱਚ ਨਹੀਂ ਹੋਏਗਾ ਹੱਥ ਨਾਲ ਹੱਥ ਟੱਚ ਨਹੀਂ ਹੋਊਗਾ ਨਾਲੇ ਜਿਹੜੀ ਡਿਜੀਟਲ ਇੰਡੀਆ ਦੀ ਮਹਿਮ ਹੈ ਇਹ ਬੜੀ ਸਕਸੈਸਫੁਲ ਮੈਂ ਲੋਕਾਂ ਨੂੰ ਵੀ ਇਹੀ ਸੰਦੇਸ਼ ਦੇਵਾਂਗਾ ਕਸਟਮਰ ਨੂੰ ਵੀ ਇੱਕ ਤਾਂ ਆਪਣਾ ਹਾਈਜੀਨ ਮੈਂਟੇਨ ਕਰੋ ਇੰਨੀ ਕੋਈ ਘਬਰਾਉਣ ਵਾਲੀ ਗੱਲ ਨਹੀਂ ਹੈ ਕਿ ਕੋਈ ਇਸ ਤਰ੍ਹਾਂ ਦੀ ਕੋਈ ਐਪੀਡੈਮਿਕ ਇਸ ਤਰ੍ਹਾਂ ਫੈਲ ਜਾਏਗਾ ਲੇਕਿਨ ਇਹ ਵੀ ਆਪਾਂ ਘੱਟ ਤੋਂ ਘੱਟ ਕੋਸ਼ਿਸ਼ ਕਰੀਏ ਕਿ ਜਿਹੜਾ ਸਾਨੂੰ ਸਤਿ ਸ਼੍ਰੀ ਅਕਾਲ ਨਮਸਕਾਰ ਅਸੀਂ ਆਦਤ ਬਣੀ ਹੋਈ ਸੀ ਸਾਡੀ ਪੁਰਾਣੀ ਇੰਡੀਅਨ ਦੀ ਉਹਨੂੰ ਕਰੀਏ ਹੈਂਡਸ਼ੇਕ ਘੱਟ ਕੀਤਾ ਜਾਵੇ ਟ੍ਰਾਂਜੈਕਸ਼ਨ ਮੈਂ ਕਹੂੰਗਾ ਨੋਟਾਂ ਨੂੰ ਗਿਣਨਾ ਨੋਟਾਂ ਨੂੰ ਕਦੇ ਥੁੱਕ ਲਾ ਲੈਂਦਾ ਬੰਦਾ ਕਦੇ ਕੁਛ ਲੈਂਦਾ ਸਭ ਤੋਂ ਜ਼ਿਆਦਾ ਖਤਰਨਾਕ ਹੈ ਅਗੋ ਕੋਸ਼ਿਸ਼ ਕਰੋ ਕਾਰਡ ਨਾਲ ਪੇਮੈਂਟ ਕਰਨ ਦੀ ਜਾਂ ਤੁਹਾਡੇ ਕੋਲ ਐਪਸ ਨੇ ਪੇਟੀਐਮ ਪੇਟੀਐਮ ਫੋਨਪੇ ਜਿਹੜੀਆਂ ਵੀ ਐਪਸ ਨੂੰ ਯੂਜ਼ ਕਰੋ ਆਪਣਾ ਹਾਈਜੀਨ ਮੈਂਟੇਨ ਕਰੋ ਰੋਟੀ ਖਾਣ ਤੋਂ ਪਹਿਲਾਂ ਜਿਵੇਂ ਆਪਾਂ ਹੈਂਡ ਵਾਸ਼ ਕਰਦੇ ਹਾਂ ਸਾਰੇ ਆਪਣਾ ਉਹ ਹੈ ਉਹ ਕਰੋ ਇੰਨਾ ਮਤਲਬ ਇੰਨਾ ਡਰੋ ਨਾ ਕਿਉਂਕਿ ਸਾਡੇ ਜਿਹੜੇ ਪੰਪ ਅਟੈਂਡੈਂਟਸ ਹੈ ਆਲ ਓਵਰ ਇੰਡੀਆ ਉਹ ਸਭ ਤੋਂ ਜ਼ਿਆਦਾ ਕੰਟੈਕਟ 'ਚ ਨੇ ਉਹ ਆਪਣਾ ਪ੍ਰੀਕੋਸ਼ਨਸ ਵੀ ਰੱਖ ਰਹੇ ਨੇ ਸਭ ਕੁਛ ਕਰ ਰਹੇ ਨੇ ਇਸ ਕਰਕੇ ਇੰਨਾ ਡਰੋ ਨਾ ਕਿਉਂਕਿ ਜਿਹੜੇ ਮੀਡੀਆ ਹੈ ਕਈ ਵਾਰੀ ਜ਼ਿਆਦਾ ਡਰਾ ਦਿੰਦਾ ਹੈ ਅਤੇ ਲੇਕਿਨ ਮਹਾਂਮਾਰੀ ਤਾਂ ਮਹਾਂਮਾਰੀ ਹੈ ਇਹਦੇ ਨਾਲ ਆਪਾਂ ਨੇ ਘੋਟਣਾ ਵੀ ਹੈ ਇਹਦਾ ਤਰੀਕਾ ਇਹੀ ਹੈ ਆਪਣੀ ਡਾਇਟ ਅੱਛੀ ਅਤੇ ਆਪਣਾ ਹਾਈਜੀਨ ਮੈਂਟੇਨ